ਬਾਰ ਬਾਰ ਉਹੀ ਗੱਲ ਕਹਿ ਰਿਹਾ ਕਿ ਗਵਰਨਮੈਂਟ ਹਰ ਫਰੰਟ 'ਤੇ ਫੇਲ ਹੋਈ ਹੈ ਜੀ। ਭਾਵੇਂ ਨੌਜਵਾਨਾਂ ਨਾਲ ਘਰ ਘਰ ਨੌਕਰੀ ਦੇ ਵਹਿਦੇ, ਭਾਵੇਂ ਉਹ ਕਿਸਾਨੀ ਨਾਲ ਕਰਜ਼ੇ ਮਾਫੀ ਦੇ ਵਹਿਦੇ, ਭਾਵੇਂ ਉਹ ਨਸ਼ੇ ਦੇ ਵਹਿਦੇ, ਭਾਵੇਂ ਉਹ 5 ਰੁਪਏ ਬੱਤੀ ਦੇ ਵਹਿਦੇ, ਤੁਸੀਂ ਇੱਕ ਦੀ ਗੱਲ ਕਰਦੇ ਹੋ, ਮੈਂ 10 ਦੀ ਗੱਲ ਕਰਦਾ। ਮੁਲਾਜ਼ਮ ਜਿਨ੍ਹਾਂ ਨੂੰ ਕਿਹਾ ਸੀ ਘਰ ਘਰ ਨੌਕਰੀ, ਮੈਨੂੰ ਤਾਂ ਗਾਲਾਂ ਮਿਲਦੀਆਂ ਨੇ ਜੇ ਉਹ ਆਪਦੀ ਨੌਕਰੀ ਦਾ ਮੰਗਣ ਚਲੇ ਜਾਣ, ਜੇ ਭੱਤੇ ਲੈਣ ਚਲੇ ਜਾਣ ਤਾਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ। ਜੋ ਹਾਲਾਤ ਬਣੇ ਆ, ਸਰਕਾਰ ਨੌ ਦੀ ਚੀਜ਼ ਕੋਈ ਨਹੀਂ, ਔਰ ਜੋ ਫਾਈਨੈਂਸ ਮਿਨਿਸਟਰ ਨੇ ਉਹਨਾਂ ਦਾ ਤਾਂ ਇੱਕੋ, ਉਹਨਾਂ ਨੇ ਟੇਪ ਰਿਕਾਰਡਰ ਲਾਇਆ ਹੋਇਆ ਖਜ਼ਾਨਾ ਖਾਲੀ, ਜਦੋਂ ਸਾਡੇ ਨਾਲ ਸੀ ਉਦੋਂ ਵੀ ਇਹ ਟੇਪ ਰਿਕਾਰਡਰ ਸੀ। 7.5 ਸਾਲ ਉਹਦੇ ਬਾਅਦ ਵਧੀਆ ਤਰੀਕੇ ਨਾਲ ਡਾਕਟਰ ਉਪਿੰਦਰਜੀਤ ਕੌਰ ਨੇ ਅਤੇ ਪਰਮਿੰਦਰ ਜੀ ਨੇ ਇਸ ਖਜ਼ਾਨਾ ਮੰਤਰੀ ਸਾਡੀ ਸਰਕਾਰ 'ਚ ਕਾਰਗੁਜ਼ਾਰੀ ਚਲਾਈ, ਕਦੇ ਆਖਿਆ ਨਹੀਂ ਖਜ਼ਾਨਾ ਖਾਲੀ। ਮਗਰ ਜਦੋਂ ਨੀਅਤ ਨਾ ਹੋਵੇ ਤਾਂ ਫਿਰ ਇਹੀ ਜਵਾਬ ਮਿਲਣ ਨੂੰ ਮਿਲਦੇ, ਔਰ ਇਸੇ ਲਈ ਕਾਰਨ ਹੈ ਕਿ ਸਰਕਾਰ ਦੀ ਮਨਸ਼ਾ ਹੀ ਨਹੀਂ ਕੋਈ ਚੋਣ ਮੈਨੋਵੈਸਟੋ ਦਾ ਵਾਅਦਾ ਪੂਰਾ ਕਰਨਾ। ਔਰ ਤਦ ਕੱਲ੍ਹ ਸਾਡੀ ਜਿਹੜਾ ਇਜਲਾਸ ਹੋਇਆ ਸੀ, ਅਸੀਂ ਕਿਹਾ ਕਿ ਇਹਨੂੰ ਇੱਕ ਲੀਗਲ ਡਾਕੂਮੈਂਟ ਬਣਾਓ ਕਿ ਇਹਦੇ 'ਤੇ ਕਾਰਵਾਈ ਹੋਵੇ ਜਿਹੜੇ ਵਾਅਦੇ ਕਰਕੇ ਭੱਜੇ, ਕਿਉਂਕਿ ਜਦ ਵਾਅਦਿਆਂ 'ਤੇ ਹੀ ਨਹੀਂ ਰਹਿਣਾ ਤਾਂ ਲੋਕ ਵਿਸ਼ਵਾਸ ਕਿਤੇ ਕਰਨਗੇ। ਇਸ ਚੈਨਲ ਪਰ ਚੱਲ ਰਹੇ ਮੁੱਦੋਂ ਪਰ ਆਪਣੇ ਵਿਚਾਰ ਦੇਣ ਕੇ ਲਈ ਕਮੈਂਟ ਕਰੇ, ਔਰ ਅਪਡੇਟ ਰਹਿਣ ਕੇ ਲਈ ਚੈਨਲ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ, ਔਰ ਹਾਂ, ਬੈੱਲ ਆਈਕਨ ਦਬਾਉਣਾ ਨਾ ਭੁੱਲੇਂ।